ਅੱਜ ਦਾ ਇਹ ਦਸਤਾਰ ਅਤੇ ਦਮਾਲਾ ਮੁਕਾਬਲਾ ਜਗਤ ਗੁਰੂ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਪੰਥ ਰਤਨ ਜਥੇਦਾਰ ਗੁਰਚੰਦ ਸਿੰਘ ਜੀ ਟੌੜਾ ਸਾਹਿਬ ਦੀ ਨਿੱਘੀ ਯਾਦ ਦੇ ਵਿੱਚ ਇਹ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ ਕਰੀਬ 1000 ਦੇ ਕਰੀਬ ਬੱਚੇ ਬੱਚੀਆਂ ਭਾਗ ਲੈ ਰਹੇ ਹਨ ਅਤੇ ਅਸੀਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਮੁਕਾਬਲਾ ਰੱਖਿਆ। ਇਸ ਮੁਕਾਬਲੇ ਦਾ ਪ੍ਰਬੰਧ ਜਥੇਦਾਰ ਗੁਰਚੰਦ ਸਿੰਘ ਟੌੜਾ ਚੈਰਿਟਲ ਟਰੱਸਟ ਵੱਲੋਂ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ। ਹਰ ਸਾਲ ਅਸੀਂ ਮੁਕਾਬਲਾ ਕਰਾਉਂਦੇ ਹਾਂ, ਤੀਸਰਾ ਮੁਕਾਬਲਾ। ਤੁਸੀਂ ਵੇਖਦੇ ਹੋ ਕਿ ਬੱਚਿਆਂ 'ਚ ਬਹੁਤ ਵੱਡਾ ਉਤਸ਼ਾਹ ਹੈ। ਸਾਡਾ ਇੱਕ ਕੋਸ਼ਿਸ਼ ਹੈ, ਉਪਰਾਲਾ ਛੋਟਾ ਜਿਹਾ, ਕਿ ਬੱਚਿਆਂ ਨੂੰ ਦਸਤਾਰ ਨਾਲ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਅਸੀਂ ਹਰ ਸਾਲ ਇਹ ਸਮਾਗਮ ਕਰੇ ਜਾਂਦੇ ਨੇ। ਇਸ ਵਾਰ ਦੇ ਸਮਾਗਮ ਗੁਰੂ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਾਰੋਹ ਕੀਤੇ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇਸ ਗੱਲ ਦੀ ਬਹੁਤ ਹੀ ਖੁਸ਼ੀ ਹੈ, ਪ੍ਰਸੰਨਤਾ ਹੈ, ਤਸੱਲੀ ਹੈ ਕਿ ਚਾਹਰ ਪੇ ਜਗਤ ਗੁਰੂ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਸਿੱਖ, ਹਿੰਦੂ, ਮੁਸਲਮਾਨ, ਬਹੁਤ ਵੱਖ ਵੱਖ ਧਰਮਾਂ ਨਾਲ ਸੰਬੰਧ ਰੱਖਣ ਵਾਲੇ, ਭਾਈਚਾਰਿਆਂ ਨਾਲ ਸੰਬੰਧ ਰੱਖਣ ਵਾਲੇ ਲੋਕ ਪੂਰੀ ਸ਼ਰਧਾ ਔਰ ਸਤਿਕਾਰ ਦੇ ਨਾਲ ਮਨਾ ਰਹੇ ਨੇ। ਔਰ ਥਾਂ ਥਾਂ ਵੱਖਰੇ ਵੱਖਰੇ ਕਿਸਮ ਦੇ, ਕਿਤੇ ਢਾਡੀ ਦਰਬਾਰ ਹੋਣੇ, ਕਿਤੇ ਕਵੀ ਦਰਬਾਰ ਹੋਣੇ, ਕਿਤੇ ਸੈਮੀਨਾਰ ਹੋ ਰਹੇ ਨੇ, ਕਿਤੇ ਨਗਰ ਕੀਰਤਨ ਚੱਲ ਰਹੇ ਨੇ। ਉਹਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਉਹ ਸਾਰੀ ਦੁਨੀਆ ਲਈ ਹੈ, ਉਹਨੂੰ ਪ੍ਰਚਾਰਿਆ ਜਾ ਰਿਹਾ। ਘਰ ਘਰ ਗੁਰੂ ਨਾਨਕ, ਹਰ ਘਰ ਗੁਰੂ ਨਾਨਕ ਦਾ ਸੰਦੇਹਾ ਜਿਹੜਾ ਉਹ ਦਿੱਤਾ ਜਾ ਰਿਹਾ। ਉਸੇ ਲੜੀ ਦੇ ਵਿੱਚ ਅੱਜ ਇੱਥੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਦੀ ਅਗਵਾਈ ਹੇਠ ਅੰਤਰਾਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਸਾਹਿਬ ਦੇ ਬਣੇ ਹੋਏ ਟਰੱਸਟ ਵੱਲੋਂ ਨੌਜਵਾਨ ਬੱਚੇ ਬੱਚਿਆਂ ਦੇ ਦਸਤਾਰ ਮੁਕਾਬਲੇ ਜਿਹੜੇ ਉਹ ਕਰਵਾਏ ਜਾ ਰਹੇ ਨੇ। ਮੈਂ ਸਮਝਦਾ ਜੋ ਦਸਤਾਰ ਹੈ, ਭਾਵੇਂ ਸਾਰੀ ਦੁਨੀਆ 'ਚ ਦਾ ਸਤਿਕਾਰ ਹੈ, ਲੇਕਿਨ ਸਿੱਖ ਕੌਮ ਲਈ ਇਹ ਇਹਨਾਂ ਦੇ ਸਾਡੀ ਜਿਹੜੀ ਗੁਰਮਤ ਜਿਹੜੀ ਸਾਡਾ ਮਰਿਆਦਾ ਹੈ ਉਹਦਾ ਇੱਕ ਅਨਿੱਖੜਵਾਂ ਅੰਗ ਹੈ। ਇਹ ਸਿੱਖ ਕੌਮ ਦੀ ਸ਼ਾਨ ਹੈ, ਸਿੱਖ ਕੌਮ ਦਾ ਨਿਸ਼ਾਨ ਹੈ, ਔਰ ਸਿੱਖ ਕੌਮ ਲਈ ਬੜਾ ਵੱਡਾ ਇਹ ਗੁਰੂ ਸਾਹਿਬ ਦਾ ਇੱਕ ਵਰਦਾਨ ਹੈ। ਉਹਦੇ ਮੁਕਾਬਲੇ ਕਰਵਾਉਣੇ, ਬੱਚਿਆਂ ਅੰਦਰ ਦੇ ਪ੍ਰਤੀ ਜਿਹੜਾ ਉਹ ਪੈਦਾ ਕਰਨਾ, ਪਿਆਰ ਪੈਦਾ ਕਰਨਾ, ਔਰ ਦਸਤਾਰ ਦੀ ਮਹੱਤਤਾ ਜਿਹੜੀ ਉਹ ਸਮਝਾਉਣ ਵਾਸਤੇ ਜੋ ਪ੍ਰੋਡਕਟ 'ਤੇ ਜਾ ਰਿਹਾ, ਮੈਂ ਉਹਦੀ ਦਿਨੋਂ ਉਹਦੀ ਮੈਂ ਵਧਾਈ ਦਿੰਦਾ, ਉਹਦੀ ਕਾਮਯਾਬੀ ਲਈ ਵੀ ਅਰਦਾਸ ਕਰਦੇ ਹਾਂ। ਔਰ ਸਮੂਹ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਸਾਰੇ ਰਲ ਕੇ ਉਹ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ, ਸਤਿਕਾਰ, ਖਾਲਸਾ ਜੋਸ਼ ਨਾਲ ਮਨਾਈਏ, ਤਾਂ ਜੋ ਦੁਨੀਆ ਨੂੰ ਇਹ ਪਤਾ ਲੱਗ ਸਕੇ ਕਿ ਇਹ ਸੰਸਾਰ 'ਤੇ ਇੱਕ ਐਸੇ ਰਹਿਬਰ ਆਏ, ਐਸੇ ਦਾਰਸ਼ਨਿਕ ਆਏ, ਐਸੇ ਕ੍ਰਾਂਤੀਕਾਰੀ ਆਏ, ਐਸੇ ਇੱਕ ਫਿਲੋਸਫਰ ਆਏ ਕਿ ਜਿਹਨੇ ਸਾਰੇ ਸੰਸਾਰ ਦੇ ਦੁੱਖਾਂ ਨੂੰ ਸਮਝਿਆ, ਸਾਰੇ ਸੰਸਾਰ ਦੇ ਦੁੱਖਾਂ ਦੇ ਕਲਿਆਣ ਵਾਸਤੇ ਮਹਾਨ ਗੁਰਬਾਣੀ ਦਾ ਜਿਹੜਾ ਉਪਦੇਸ਼ ਦਿੱਤਾ, ਉਹ ਉਦੋਂ ਵੀ ਸਾਰਥਕ ਸੀ, ਅੱਜ ਵੀ ਸਾਰਥਕ, ਅਤੇ ਉਹ ਰਹਿੰਦੀ ਦੁਨੀਆ ਤੱਕ ਹੀ ਸਾਰਥ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਬਹੁਤ ਹੀ ਸਤਿਕਾਰ ਸਹਿਤ ਇਹ ਦੇਖ ਰਹੇ ਹੋ ਕਿ ਸਕੂਲਾਂ ਦੇ ਛੋਟੇ ਬੱਚਿਆਂ ਤੋਂ ਲੈ ਕੇ +2 ਤੱਕ ਦੇ ਬੱਚੇ ਦਸਤਾਰ ਅਤੇ ਦਮਾਲੇ ਸਜਾਉਣ ਮੁਕਾਬਲੇ ਵਿੱਚ ਸ਼ਾਮਿਲ ਹੋ ਰਹੇ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ। ਦਸਤਾਰ ਮੇਰੀ ਸ਼ਾਨ ਹੈ, ਦਸਤਾਰ ਹੈ ਸਰਦਾਰ ਹੈ,
दस्तार मेरी पछाण है। ये बहुत वड्डा गुरु कलगीधर पातशाह जी वल्लों दुनिया ने किड्डा वड्डा महान फलसफा साडी विरासत ते विरसे लई बख्श के गए ने कि जिस तो सिख की आइडेंटिटी शनाखत वक्री ही न्यारी और न्यारे खालसे का स्वरूप है। इहदी बेसिकली जिहड़ी लोड़ आ बच्चों नूं सिखलाई देनी, बच्चों दस्तार मुकाबले दुमाले मुकाबले में भाग लैण वास्ते प्रेरित करना। श्रोमणी गुरुद्वारा प्रबंधक कमेटी वालों विशेष तौर पर जथेदार गुरतन किसान सिंह टौड़ा चैरिटेबल ट्रस्ट और इलाके के सत्कारयोग मैंबर सतविंदर सिंह जी टौड़ा बड़ा उद्यम कर रहे हैं। उन्हां दा उद्यम का नतीजा कि हज़ार तो वध बच्चे इन्हां समागम में भाग ले रहे हैं। सो मैं बेनती करूँगा उन्होंने सारे बच्चों उन्हां दी हौसला अफजाई भी करूँगा जेड़े इस दस्तार मुकाबले में शामिल हो रहे हैं ताकि सदीव काल उस दस्तार अपने सिर का ताज बना के रखन। वाहिगुरू जी का खालसा, वाहिगुरू जी।